ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Trendy Alert ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਅੱਜ ਤੋਂ 2 ਸਾਲ ਪਹਿਲਾਂ ਸਿਮਰਨ ਨਰੋਲਾ ਅਤੇ ਇਸ਼ਾਨ ਬੱਗਾ ਦੀ ਇੰਗੇਜਮੈਂਟ ਹੋਈ ਸੀ ਅਤੇ ਕੁਝ ਕੁ ਮਹੀਨੇ ਪਹਿਲਾਂ ਇਸ਼ਾਨ ਬੱਗਾ ਦੀ ਇੱਕ ਕਾਲ ਰਿਕਾਰਡਿੰਗ ਤੇਜੀ ਦੇ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਆਡੀਅנס ਨੇ ਇਸ਼ਾਨ ਬੱਗਾ ਨੂੰ ਕਾਫੀ ਬੁਰਾ ਭਲਾ ਕਿਹਾ ਸੀ ਅਤੇ ਨਾਲ ਹੀ ਸਿਮਰਨ ਨੂੰ ਵੀ ਉਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ ਅਤੇ ਇਹ ਤੁਹਾਨੂੰ ਦੱਸ ਦਈਏ ਕੁਝ ਮਹੀਨੇ ਪਹਿਲਾਂ ਸਿਮਰਨ ਨਰੂਲਾ ਕੈਨੇਡਾ ਚਲੀ ਗਈ ਸੀ ਅਤੇ ਹੁਣ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਨਰੂਲਾ ਫੈਮਿਲੀ ਨੇ ਇਸ਼ਾਨ ਬੱਗਾ ਨੂੰ ਆਪਣੇ ਆਫੀਸ਼ੀਅਲ ਅਕਾਊਂਟਸ ਉਪਰੋਂ ਅਨਫੋਲੋ ਕਰ ਦਿੱਤਾ ਹੈ ਇਸ ਦੀ ਵੀਡੀਓ ਤੁਸੀਂ ਸਕਰੀਨ ਉੱਪਰ ਚੱਲਦੀ ਵੀ ਦੇਖ ਸਕਦੇ ਹੋ ਉੱਥੇ ਹੀ ਇਸ਼ਾਨ ਬੱਗਾ ਨੇ ਵੀ ਸਿਮਰਨ ਨਰੂਲਾ ਨੂੰ ਆਪਣੇ ਅਕਾਊਂਟ ਤੋਂ ਅਨਫੋਲੋ ਕੀਤਾ ਦੂਜੇ ਪਾਸੇ ਸਿਮਰਨ ਨਰੂਲਾ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਸਾਰੀਆਂ ਪੋਸਟਸ ਡਿਲੀਟ ਕਰ ਦਿੱਤੀਆਂ ਸਨ ਚਿਸ ਤੋਂ ਬਾਅਦ ਆਡੀਅנס ਦਾ ਕਹਿਣਾ ਸੀ ਕਿ ਸਿਮਰਨ ਨਰੂਲਾ ਨੇ ਇਹ ਪੋਸਟਸ ਜਾਣ ਕੇ ਡਿਲੀਟ ਕੀਤੀਆਂ ਨੇ ਤਾਂ ਜੋ ਇਸ਼ਾਨ ਬੱਗਾ ਨਾਲ ਉਸ ਦੀਆਂ ਤਸਵੀਰਾਂ ਡਿਲੀਟ ਹੋ ਜਾਣ ਉੱਥੇ ਹੀ ਤੁਹਾਨੂੰ ਦੱਸ ਦਈਏ ਸਿਮਰਨ ਨਰੂਲਾ ਦਾ ਕਹਿਣਾ ਸੀ ਕਿ ਉਸ ਦਾ ਅਕਾਊਂਟ ਹੈਕ ਹੋ ਚੁੱਕਾ ਸੀ ਜਿਸ ਦੇ ਚੱਲਦਿਆਂ ਉਸ ਦੀਆਂ ਸਾਰੀਆਂ ਰੀਲਸ ਡਿਲੀਟ ਹੋ ਗਈਆਂ ਉੱਥੇ ਹੀ ਫੈਨਜ਼ ਇਸ਼ਾਨ ਬੱਗਾ ਨੂੰ ਲਗਾਤਾਰ ਇਸ ਦੀ ਵਜ੍ਹਾ ਪੁੱਛ ਰਹੇ ਨੇ ਬਾਕੀ ਤੁਹਾਨੂੰ ਇਹ ਸਭ ਬਾਰੇ ਕੀ ਲੱਗਦਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਅਜਿਹਾ ਹੋਰ ਤਾਜ਼ਾ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ